ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ ਤੇ ਸ਼ੁਰੂਆਤ ਵਿੱਚ ਇੱਕ ਨਜ਼ਰ ਮਾਰ ਲੈਂਦੇ ਹਾਂ ਖਾਸ ਖਬਰਾਂ ਤੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਪੇਸ਼ ਕਰਨਗੇ ਆਮ ਬਜਟ, ਮਿਡਲ ਕਲਾਸ ਤੇ ਕੀਤਾ ਜਾ ਸਕਦਾ ਹੈ ਜ਼ਿਆਦਾ ਫੋਕਸ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਪ੍ਰੈਸ ਕਾਨਫਰੰਸ, ਕਿਹਾ ਨਸ਼ਾ ਵਿਸ਼ਵ ਵਿਆਪੀ ਸਮੱਸਿਆ, ਸਰਹੱਦ ਪਾਰੋਂ ਆਉਂਦੇ ਡਰੋਨਾਂ ਨੂੰ ਰੋਕਣ ਦੇ ਲਈ ਮੰਗੀ ਕੇਂਦਰ ਸਰਕਾਰ ਦੀ ਮਦਦ। ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਪੰਜਾਬ ਦੀ ਨੌਜਵਾਨੀ ਨੂੰ ਸਮਰਪਿਤ ਦੋ ਰੋਜ਼ਾ ਪੰਜਾਬ ਰਾਜ ਯੁਵਕ ਮੇਲੇ ਦਾ ਆਗਾਜ਼, ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਦੁਹਰਾਈ ਗੱਲ। ਤੇ ਹੁਣ ਖਬਰਾਂ ਦਾ ਵਿਸਥਾਰ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਆਮ ਬਜਟ ਪੇਸ਼ ਕਰਨਗੇ। ਡਿੱਗਦੀ ਹੋਈ GDP, ਬੇਰੁਜ਼ਗਾਰੀ ਦੀ ਸਮੱਸਿਆ ਦੇ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਸਾਹਮਣੇ ਬਜਟ ਪੇਸ਼ ਕਰਨ ਦੀ ਚੁਣੌਤੀ ਹੈ। ਕਿਹਾ ਜਾ ਰਿਹਾ ਹੈ ਕਿ ਸਰਕਾਰ ਦਾ ਇਸ ਵਾਰ ਦਾ ਫੋਕਸ ਮਿਡਲ ਕਲਾਸ ਤੇ ਰਹੇਗਾ, ਕਿਉਂਕਿ ਪਿਛਲੇ ਦੋ ਬਜਟ ਕਿਸਾਨਾਂ ਤੇ ਕਾਰਪੋਰੇਟ ਤੇ ਕੇਂਦਰਿਤ ਸਨ। ਸਰਕਾਰ ਵੱਲੋਂ ਪਿਛਲੇ ਕੁਝ ਮਹੀਨਿਆਂ ਵਿੱਚ ਅਰਥ ਵਿਵਸਥਾ ਨੂੰ ਉਭਾਰਨ ਲਈ ਕਈ ਫੈਸਲੇ ਲਏ ਗਏ ਨੇ, ਪਰ ਇਹਨਾਂ ਦਾ ਕੋਈ ਖਾਸ ਅਸਰ ਨਹੀਂ ਦਿਸਿਆ। ਅਜਿਹੇ ਵਿੱਚ ਬਜਟ ਵਿੱਚ ਕਾਰੋਬਾਰ, ਟੈਕਸ ਪੇਅਰਸ, ਕਿਸਾਨ, ਮਹਿਲਾ, ਨੌਜਵਾਨ ਸਮੇਤ ਹਰ ਤਬਕੇ ਨੂੰ ਖੁਸ਼ ਕਰਨਾ ਸਰਕਾਰ ਲਈ ਆਸਾਨ ਨਹੀਂ ਹੋਵੇਗਾ। ਕਾਬਲੇ ਜ਼ਿਕਰ ਹੈ ਕਿ ਬਜਟ ਸੈਸ਼ਨ ਲੰਘੇ ਦਿਨ ਤੋਂ ਸ਼ੁਰੂ ਹੋ ਗਿਆ ਸੀ। ਬਜਟ ਸੈਸ਼ਨ ਦਾ ਪਹਿਲਾ ਪੜਾਅ 11 ਫਰਵਰੀ ਤੱਕ ਚੱਲੇਗਾ, ਦੂਜਾ ਪੜਾਅ 2 ਮਾਰਚ ਤੋਂ 3 ਅਪ੍ਰੈਲ ਤੱਕ ਹੋਵੇਗਾ। ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਤੋਂ ਪਹਿਲਾਂ ਸੰਸਦ ਵਿੱਚ ਆਰਥਿਕ ਸਰਵੇਖਣ ਪੇਸ਼ ਕੀਤਾ ਹੈ। ਸਰਵੇਖਣ ਦਾ ਅਨੁਮਾਨ ਹੈ ਕਿ ਆਉਣ ਵਾਲੇ ਵਿੱਤੀ ਸਾਲ ਵਿੱਚ GDP ਵਾਧਾ 6 ਤੋਂ 6.5% ਹੋ ਸਕਦਾ ਹੈ। ਅੱਜ ਕੇਂਦਰੀ ਬਜਟ ਪੇਸ਼ ਹੋਣ ਜਾ ਰਿਹਾ ਹੈ। ਇਸ ਤੇ ਆਮ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਇਸ ਬਜਟ ਤੋਂ ਅਰਥਸ਼ਾਸਤਰੀ ਕਿਸ ਤਰ੍ਹਾਂ ਦੀਆਂ ਉਮੀਦਾਂ ਲਾ ਕੇ ਬੈਠੇ ਨੇ, ਇਸ ਬਾਰੇ ਅਰਥਸ਼ਾਸਤਰੀ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਚੇਅਰਮੈਨ ਡਾਕਟਰ ਚਰਨ ਸਿੰਘ ਦੇ ਨਾਲ ਗੱਲਬਾਤ ਕੀਤੀ ਭਰਿੰਦਰ ਸਿੰਘ ਵਰਮਾਨੀ ਨੇ। ਚਰਨ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਆਪਣਾ ਸਮਾਂ ਦੇਣ ਦੇ ਲਈ। ਕੱਲ੍ਹ ਬਜਟ ਪੇਸ਼ ਹੋਣ ਵਾਲਾ, ਕਿਸ ਤਰ੍ਹਾਂ ਦੀਆਂ ਉਮੀਦਾਂ ਤੁਸੀਂ ਲਗਾ ਰਹੇ ਹੋ? ਇੱਕ ਗੱਲ ਤਾਂ ਮੰਨਣ ਵਾਲੀ ਹੈਗੀ ਹੈ ਕਿ ਸਾਡੇ ਜਿਹੜੇ ਵਿੱਤ ਮੰਤਰੀ ਨੇ ਨਿਰਮਲਾ ਸੀਤਾਰਮਨ ਜੀ, ਇਹਨਾਂ ਦਾ ਪਹਿਲਾ ਪੂਰੇ ਸਾਲ ਦਾ ਬਜਟ ਹੈਗਾ। ਅਤੇ ਬਜਟ ਵਿੱਚ ਹਮੇਸ਼ਾ ਇੱਕ ਗੱਲ ਮਨ ਵਿੱਚ ਰੱਖੋ, ਅੰਕੜੇ ਸਿਰਫ ਜ਼ਰੂਰੀ ਨਹੀਂ ਹੁੰਦੇ, ਇਹਦੇ ਪੂਰੀ ਪੋਲਿਸੀ ਸਟੇਟਮੈਂਟ, ਨੀਤੀ ਅੱਗੇ ਕੀ ਹੋਣੀ ਹੈ ਉਹ ਵੀ ਆ ਜਾਂਦੀ ਹੈਗੀ ਹੈ। ਤੋ ਕਿਉਂਕਿ ਇਹਨਾਂ ਦਾ ਪੂਰੇ ਸਾਲ ਦਾ ਪਹਿਲਾ ਬਜਟ ਹੈ ਅਤੇ ਅੱਗੇ 4 ਸਾਲ ਪਏ ਨੇ, ਅਤੇ ਮੈਂ ਇਸ ਬਜਟ ਨੂੰ ਇਸ ਪੱਖੋਂ ਦੇਖਦਾ ਕਿ ਅੰਕੜਿਆਂ ਤੋਂ ਇਲਾਵਾ ਵੀ ਇਹਦੇ ਵਿੱਚ ਸਰਕਾਰ ਦੀ ਨੀਤੀ ਸਾਹਮਣੇ ਪੂਰੀ ਦਰਸਾਈ ਜਾਏਗੀ। ਅੱਜ ਦਾ ਅਗਰ ਇਕਨੋਮਿਕ ਸਰਵੇ ਦੇਖੋ ਜਿਹੜਾ ਹੁਣੇ ਰਿਲੀਜ਼ ਹੋਇਆ ਥੋੜ੍ਹੀ ਦੇਰ ਪਹਿਲੇ, ਉਹਦੇ ਵਿੱਚ ਬਹੁਤ ਹੀ ਅੱਛੀਆਂ ਚੀਜ਼ਾਂ ਮੈਨੂੰ ਜਾਪੀਆਂ ਨੇ। ਸਰਕਾਰ ਜਿਵੇਂ ਆਪਣੇ ਵੱਲੋਂ ਇਹ ਚੀਜ਼ਾਂ 'ਤੇ ਵਿਚਾਰ ਕਰ ਰਹੀ ਹੈ, ਬੈਂਕਾਂ ਵਿੱਚ ਕੀ ਹੋਣਾ ਚਾਹੀਦਾ ਹੈ, ਜ਼ਿਆਦੀਆਂ ਨੌਕਰੀਆਂ ਬਣਾਉਣੀਆਂ ਹੈਗੀਆਂ ਨੇ, ਵੈਲਥ ਕ੍ਰੀਏਸ਼ਨ ਕਰਨੀ ਹੈਗੀ ਤਾਂ ਕਿ ਇਕਵਿਟੇਬਲ ਡਿਸਟ੍ਰੀਬਿਊਸ਼ਨ ਹੋਏ। ਇਕਨੋਮਿਕ ਸਰਵੇ ਅਗਰ ਕੋਈ ਇੰਡੀਕੇਟਰ ਹੈਗਾ ਤਾਂ ਇੰਝ ਜਾਪਦਾ ਕਿ ਵਿੱਤ ਮੰਤਰੀ ਇਹ ਪੂਰੀ ਸਥਿਤੀ ਦੇ ਉੱਤੇ ਹੈਗੇ ਨੇ। ਤੁਹਾਨੂੰ ਵੀ ਪਤਾ ਹੈ, ਸਾਰਿਆਂ ਨੂੰ ਪਤਾ ਹੈਗਾ, ਜਦੋਂ ਵੀ ਬਜਟ ਰਿਲੀਜ਼ ਹੁੰਦਾ ਤਾਂ ਹਮੇਸ਼ਾ ਆਮ ਲੋਕਾਂ ਦੀਆਂ ਨਜ਼ਰਾਂ ਇਸ 'ਤੇ ਜ਼ਰੂਰ ਹੁੰਦੀਆਂ, ਕਿਉਂਕਿ ਟੌਪ ਇੰਡਸਟਰੀ ਤਾਂ ਚਲੋ ਉਹਨਾਂ ਨੂੰ ਟੈਕਸ ਦਾ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਜੇਕਰ ਘਟੇ ਜਾਂ ਵਧੇ, ਲੇਕਿਨ ਆਮ ਵਰਗ, ਮੱਧ ਵਰਗ ਕਹੀਏ ਜਾਂ ਘੱਟ ਵਰਗ ਕਹੀਏ, ਉਹਨਾਂ ਨੂੰ ਟੈਕਸ ਦੀ ਮਾਰ ਬਹੁਤ ਜ਼ਿਆਦਾ ਪੈਂਦੀ ਹੈ ਕਿਉਂਕਿ ਉਹਨਾਂ ਦੀ ਇਨਕਮ ਵੀ ਜਿਹੜੀ ਹੁੰਦੀ ਹੈ ਬਹੁਤ ਘੱਟ ਹੁੰਦੀ ਹੈ। ਤਾਂ ਆਮ ਆਦਮੀ ਲਈ ਤੁਸੀਂ ਕੀ ਦੇਖਦੇ ਹੋ? ਦੇਖੋ, ਇੱਕ ਗੱਲ, ਇਹ ਸਾਡੇ ਦੇਸ਼ ਵਿੱਚ ਥੋੜ੍ਹਾ ਜਿਹਾ ਮੈਂ ਸਫਾਈ ਸ਼ੁਰੂ ਤੋਂ ਹੀ ਕਹਿਣੀ ਚਾਹਾਂਗਾ ਕਿ ਅਸੀਂ ਸੋਚਦੇ ਹਾਂ ਕਿ ਆਮ ਬੰਦਾ, ਆਮ ਆਦਮੀ ਬਹੁਤ ਪ੍ਰੈਸ਼ਰ ਥੱਲੇ ਹੈਗਾ ਜੀ। ਹੁਣ ਸੱਚਾਈ ਇਹ ਵੇ ਕਿ ਸਾਡੇ ਦੇਸ਼ ਵਿੱਚ ਅਗਰ ਟੋਟਲ ਇਨਕਮ ਲਈ ਜਾਏ, ਦੇਸ਼ ਦੇ ਉਹਨੂੰ GDP ਕਹਿੰਦੇ ਨੇ, ਅਤੇ ਟੋਟਲ ਟੈਕਸ ਕਲੈਕਸ਼ਨ ਲਿੱਤਾ ਜਾਏ ਜਿਹਦੇ 'ਚ ਇਨਕਮ ਟੈਕਸ, ਕਾਰਪੋਰੇਸ਼ਨ ਟੈਕਸ, ਕਸਟਮਸ, ਜੋ ਵੀ ਟੈਕਸ ਹੁੰਦੇ ਨੇ ਸਾਰੇ ਲਿੱਤੇ ਜਾਣ, ਅਤੇ 17% ਟੈਕਸ GDP ਦੀ ਰੇਸ਼ੋ ਬਣਦੇ ਨੇ ਜੀ। ਦੁਨੀਆ ਵਿੱਚ ਮੇਰਾ ਖਿਆਲ ਅਸੀਂ ਇੱਕ ਦੇਸ਼ ਹਾਂ ਜਿਹਦੇ ਸਭ ਤੋਂ ਘੱਟ ਇਹ ਟੈਕਸ GDP ਰੇਸ਼ੋ ਹੈਗੀ ਹੈ। ਅਸਲੀਅਤ ਇਹ ਵੇ ਕਿ ਜਿਹੜੇ ਅੱਛੇ ਵਿਦੇਸ਼ੀ ਦੇਸ਼ ਹੈਗੇ ਨੇ ਜਿਹੜੇ ਬਹੁਤ ਪ੍ਰਗਤੀ ਕਰਦੇ ਨੇ, ਜਿਵੇਂ ਸਮਝ ਲਓ ਜਪਾਨ ਹੈ, 35% ਟੈਕਸ GDP ਹੈ, ਕਈ ਕੰਟਰੀਆਂ ਵਿੱਚ 40% ਤੋਂ ਜ਼ਿਆਦਾ। ਜਿੱਥੇ ਅਸੀਂ ਚਾਹੁੰਦੇ ਹਾਂ ਸਾਡੀਆਂ ਸੜਕਾਂ, ਸਾਡੇ ਸਕੂਲ, ਸਾਡੇ ਹਸਪਤਾਲ ਇੱਕਦਮ ਸ਼ੀਸ਼ੇ ਵਰਗ ਚਮਕ ਰਹੇ ਹੋਣ, ਟੈਕਸ ਅਸੀਂ ਦੇਣਾ ਨਹੀਂ ਚਾਹੁੰਦੇ। ਤੋ ਇਸ ਲਈ ਇਹ ਕਹਿਣਾ ਕਿ ਆਮ ਬੰਦੇ ਬੜਾ ਟੈਕਸ ਦੀ ਮਾਰ ਥੱਲੇ ਰੋ ਰਿਹਾ ਹੁੰਦਾ, ਸਾਡੇ ਦੇਸ਼ ਵਿੱਚ ਇਹ ਮੈਨੂੰ ਲੱਗਦਾ ਕਿ ਉਹ ਗੱਲ ਉਨੀ ਲਾਗੂ ਹੈ ਨਹੀਂ।
ਹੁਣ ਗੱਲ ਹੈਗੀ ਹੈ ਕਿ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਗੱਲ ਚੱਲ ਰਹੀ ਸੀ ਕਿ ਇਨਕਮ ਟੈਕਸ 'ਤੇ ਥੋੜ੍ਹੀ ਜਿਹੀ ਸਾਨੂੰ ਮਿਲਣੀ ਚਾਹੀਦੀ ਹੈ, ਰਿਬੇਟ ਮਿਲਣੀ ਚਾਹੀਦੀ ਹੈ, ਕਿਉਂਕਿ ਕੰਜ਼ਮਪਸ਼ਨ ਘੱਟ ਗਈ ਹੈ, ਡਿਮਾਂਡ ਨਹੀਂ ਹੈਗੀ। ਅਤੇ ਮੇਰੀ ਆਪਣੀ ਨਿੱਜੀ ਰਾਏ ਉਹਦੇ ਵਿੱਚ ਇਹ ਹੈਗੀ ਹੈ ਕਿ ਕਿੰਨੇ ਕੁ ਬੰਦੇ ਇਨਕਮ ਟੈਕਸ ਦਿੰਦੇ ਹੈਗੇ, ਅਗਰ ਇਨਕਮ ਟੈਕਸ ਰਾਤ ਮਿਲ ਵੀ ਜਾਏ ਤਾਂ ਕਿੰਨੇ ਕੁ ਬੰਦਿਆਂ ਨੂੰ ਫਾਇਦਾ ਹੋਏਗਾ। ਪੂਰੇ ਦੇਸ਼ ਵਿੱਚ ਪਹਿਲੇ 3.5% ਲੋਕ ਇਨਕਮ ਟੈਕਸ ਦਿੰਦੇ ਸੀ, ਹੁਣ ਇਹਨਾਂ ਥੋੜ੍ਹਾ ਜਿਹਾ ਸਰਕਾਰ ਨੇ ਪਿਛਲੇ 5 ਸਾਲਾਂ 'ਚ ਕਾਫੀ ਕੁਛ ਕੀਤਾ, ਹੁਣ 5% ਦੇ ਰਹੇ ਉਹਨੇ ਨੇ, ਅਤੇ ਅਗਰ ਇਨਕਮ ਟੈਕਸ ਰਾਤ ਮਿਲੀ ਵੀ ਤਾਂ ਉਹ 5% ਨੂੰ ਮਿਲੇਗੀ। ਉਸ ਤੋਂ ਪਹਿਲਾਂ ਪਿਛਲੇ ਸਾਲ ਵੀ ਨਿਰਮਲਾ ਸੀਤਾਰਮਨ ਸਾਡੀ ਖਜ਼ਾਨਾ ਮੰਤਰੀ ਇਹ ਮੰਨ ਚੁੱਕੇ ਸਨ ਕਿ ਇਸ ਸਮੇਂ ਦੇਸ਼ ਰੀਸੈਸ਼ਨ ਦੀ ਮਾਰ ਚੱਲ ਰਿਹਾ, ਤਾਂ ਤੁਹਾਨੂੰ ਲੱਗਦਾ ਕਿ ਜਦੋਂ ਉਹਨਾਂ ਦਾ ਇਹ ਪਹਿਲਾ ਬਜਟ ਹੋਏਗਾ ਤਾਂ ਇਹ ਰੀਸੈਸ਼ਨ ਨੂੰ ਧਿਆਨ ਵਿੱਚ ਰੱਖ ਕੇ ਪਾਸ ਕੀਤਾ ਜਾਏਗਾ ਬਜਟ? ਨਹੀਂ, ਇਹ ਵੀ ਮੈਂ ਗੱਲ ਤੁਹਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਾਂਗਾ। ਜਿਹੜਾ ਲਫ਼ਜ਼ ਰਿਸੈਸ਼ਨ ਹੈ ਨਾ, ਇਹਦਾ ਇੱਕ ਅਲੱਗ ਮਤਲਬ ਹੁੰਦਾ ਹੈਗਾ। ਅਸੀਂ ਰਿਸੈਸ਼ਨ ਵਿੱਚ ਨਹੀਂ ਹੈਗੇ। ਦੇਖੋ, ਸਾਡੀ ਗਰੋਥ ਜਿਹੜੇ ਦਰ 'ਤੇ ਅਸੀਂ ਵੱਧ ਰਹੇ ਸਾਂ, ਕਿਧਰੇ 8, ਕਦਰੇ 9, ਕਿਧਰੇ 10, ਅਤੇ ਜ਼ਿਆਦਾਤਰ 7% 'ਤੇ ਵੱਧ ਰਹੇ ਸਾਂ। ਹੁਣ ਉਹ ਘੱਟ ਕੇ 4.8% 'ਤੇ ਆ ਗਈ। ਸੋ ਸਾਡਾ ਸਲੋ ਡਾਊਨ ਤਾਂ ਹੈਗਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ, ਪਰ ਰਿਸੈਸ਼ਨ ਅਲੱਗ ਹੀ ਲਫ਼ਜ਼ ਹੁੰਦਾ, ਤਾਂ ਉਹਦਾ ਮਤਲਬ ਵੀ ਅਲੱਗ ਹੁੰਦਾ। ਕਦਰ ਹਾਲਾਤ ਮਾੜੇ ਹੈ, ਇਹ ਤੁਸੀਂ ਮੰਨੋਗੇ? ਥੋੜ੍ਹੀ ਜਿਹੀ ਸਾਡੀ ਸਲੋ ਡਾਊਨ ਹੋਈ ਹੈ, ਇੱਥੇ ਗੱਲ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਇਸੇ ਨੂੰ ਮੰਨ ਕੇ ਬਜਟ ਤੁਸੀਂ ਐਕਸਪੈਕਟ ਕਰ ਰਹੇ ਹੋ ਕਿ ਕੁਛ ਐਸਾ ਆਏਗਾ ਜਿਸ ਨਾਲ ਗਰੋਥ ਵਧੇਗੀ? ਹਾਂਜੀ, ਦੇਖੋ, ਗਰੋਥ ਵੀ ਕੋਈ ਜਾਦੂ ਦਾ ਮੰਤਰ ਨਹੀਂ ਹੈਗਾ ਕਿ ਮੰਤਰ ਫੂਕਿਆ ਅਤੇ ਕੱਲ੍ਹ ਗਰੋਥ ਵੱਧ ਜਾਏਗੀ, ਇੰਝ ਨਹੀਂ ਹੁੰਦਾ ਹੈਗਾ। ਪਿੱਛੇ ਜਿਹੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਕਾਰਪੋਰੇਟ ਟੈਕਸ ਰੇਟ ਘਟਾ ਰਹੇ ਹਾਂ, ਉਹਨਾਂ ਨੇ ਘਟਾਏ ਵੀ ਹੈਗੇ ਨੇ, ਅਤੇ ਉਹ ਵੀ 6-7 ਮਹੀਨੇ ਲੱਗ ਜਾਂਦੇ ਆ ਦੇਖਣ ਵਿੱਚ। ਉਸੇ ਤਰੀਕੇ ਜਿਹੜੇ ਵੀ ਇਹ ਕਦਮ ਕੱਲ੍ਹ ਉਠਾਉਣਗੇ, ਅਗਰ ਸੋਚੀਏ ਕਿ ਪਰਸੋਂ ਤੋਂ ਗਰੋਥ ਰੇਟ ਵੱਧ ਜਾਏਗੀ, ਇੰਝ ਨਹੀਂ ਹੋਏਗਾ। ਹੋਏਗਾ, ਉਹਨਾਂ ਟਾਈਮ ਲੱਗੇਗਾ, ਬਿਲਕੁਲ 6 ਮਹੀਨੇ, 4 ਤੋਂ 6 ਮਹੀਨੇ ਲੱਗ ਜਾਂਦੇ ਨੇ ਕੋਈ ਵੀ ਟੈਕਸ ਅਨਾਊਂਸਮੈਂਟ ਕਰਨ ਵਿੱਚ, ਕੋਈ ਵੀ ਇਨਸੈਂਟਿਵ ਦੇਣ ਵਿੱਚ, ਉਹਨੂੰ ਗਰੋਥ ਵਿੱਚ ਦੇਖਣ ਵਾਸਤੇ। ਸੋ ਇਸ ਲਈ ਆਹ ਬਜਟ ਹੋਏਗਾ ਪ੍ਰੋਗਰੈਸਿਵ, ਮੈਨੂੰ ਪੱਕ ਹੈ, ਕਿਉਂਕਿ ਇਕਨੋਮਿਕ ਸਰਵੇ ਜੋ ਮੈਂ ਅੱਜ ਪੜ੍ਹਿਆ ਹੈ ਉਹ ਮੈਨੂੰ ਲੱਗਿਆ ਕਿ ਇਹਨਾਂ ਨੇ ਬਿਲਕੁਲ ਸਿਆਣਪ ਨਾਲ ਇਕਨੋਮਿਕ ਸਰਵੇ ਬਣਿਆ। ਉਹੀ ਉਹ ਵਿਚਾਰ ਵਿੱਤ ਮੰਤਰੀ ਦੇ ਮਨ ਵਿੱਚ ਹੋਣੀ ਹੈ ਜਦੋਂ ਬਜਟ ਬਣ ਰਿਹਾ। ਮੈਨੂੰ ਪੂਰਾ ਵਿਸ਼ਵਾਸ ਹੈਗਾ ਕਿ ਬਜਟ ਪ੍ਰਗਤੀਸ਼ੀਲ ਹੋਏਗਾ। ਪਰ ਡਾਕਟਰ ਚਰਨ ਸਿੰਘ ਜੀ, ਜਿਵੇਂ ਹੁਣ ਅਗਰ ਪਿੱਛੇ ਅਸੀਂ ਸ਼ੇਅਰ ਮਾਰਕੀਟ ਦੀ ਗੱਲ ਕਰੀਏ, ਕਮੋਡਿਟੀ ਦੀ ਗੱਲ ਕਰੀਏ, ਤਾਂ ਇਸ ਸਮੇਂ ਆਂਕੜਾ ਜਿਹੜਾ ਗ੍ਰਾਫ ਹੈ ਉੱਪਰ ਵੱਲ ਜਾ ਰਿਹਾ, ਲੋਕ ਖੁਸ਼ ਹੈ ਇਸ ਸਮੇਂ, ਜੋ ਉਹਨਾਂ ਨੂੰ ਸ਼ੇਅਰ ਰਿਟਰਨ ਮਿਲ ਰਿਹਾ, ਲੋਕ ਖੁਸ਼ ਹੈ, ਪਰ ਆਉਣ ਵਾਲੇ ਟਾਈਮ 'ਚ ਤੁਸੀਂ ਕੀ ਦੇਖਦੇ ਹੋ ਇਸ ਬਜਟ ਤੋਂ ਬਾਅਦ? ਦੇਖੋ, ਦੇਸ਼ ਇਸ ਵੇਲੇ ਜਿਸ ਜਗ੍ਹਾ 'ਤੇ ਖੜ੍ਹਾ ਹੈ, ਜਿੱਥੇ ਸਾਡੀ ਯੁਵਾ ਜਨਸੰਖਿਆ ਬਹੁਤ ਅੱਛੀ ਹੈਗੀ ਹੈ, ਦੇਸ਼ ਨੂੰ ਕੋਈ ਪਛਾੜ ਸਕਦਾ ਹੀ ਨਹੀਂ ਹੈ। ਤੋ ਜਿਹੜੀ ਸਟਾਕ ਮਾਰਕੀਟ ਹੈ, ਇਹਨੇ ਅੱਗੇ ਹੀ ਅੱਗੇ ਵਧਣਾ ਹੈ। ਦੁਨੀਆ ਦੇ ਸਾਰੇ ਦੇਸ਼ ਵੇਖ ਲਓ, ਕਿਸੇ ਵੀ ਦੇਸ਼ ਵਿੱਚ ਇਹੋ ਜਿਹੀ ਜਨਸੰਖਿਆ ਦੀ ਜਿਹੜੀ ਡੈਮੋਗ੍ਰਾਫਿਕ ਡਿਵੀਡੈਂਡ ਅਸੀਂ ਕਹਿੰਦੇ ਹਾਂ, ਉਹ ਕਿਸੇ ਦੇਸ਼ ਵਿੱਚ ਵੀ ਨਹੀਂ ਹੈਗਾ। ਤੋ ਇਸ ਲਈ ਦੂਜੀ ਗੱਲ, ਸਾਡੀ ਆਪਣੀ ਡੈਮੋਕ੍ਰੇਸੀ ਹੈਗੀ ਹੈ ਅਤੇ ਸਾਡੀਆਂ ਆਪਣੀਆਂ ਪੋਲਿਸੀਜ਼ ਹੈਗੀਆਂ ਨੇ, ਇੱਥੇ ਸਿਆਸਤ ਜੋ ਮਰਜ਼ੀ ਚੱਲਦੀ ਰਹੇ, ਅਸੀਂ ਜਿਹੜੀ ਮੂਲ ਸਾਡੀਆਂ ਅਰਥ ਸ਼ਾਸਤਰੀਆਂ ਦੀਆਂ ਪੋਲਿਸੀਆਂ ਨੀਤੀਆਂ ਹੁੰਦੀਆਂ ਨੇ, ਉਹ ਟਿਕਾਅ ਨਾਲ ਚੱਲਦੀਆਂ ਪਈਆਂ ਨੇ। ਪਾਰਟੀਆਂ ਬਦਲਦੀਆਂ ਨੇ, ਨਵੀਆਂ ਆ ਜਾਂਦੀਆਂ ਨੇ, ਪੁਰਾਣੀਆਂ ਚਲੀਆਂ ਜਾਂਦੀਆਂ ਨੇ, ਕੋਈ ਕਿਸੇ ਨੂੰ ਪਰਵਾਹ ਨਹੀਂ, ਤਖਤੇ ਸਾਰੇ ਕਾਇਮ ਹੈਗੇ ਨੇ। ਇੰਟਰਸਟ ਰੇਟ ਦੀ ਗੱਲ ਕਰੀਏ, ਜਦੋਂ ਵੀ ਕੋਈ ਇੱਕ ਆਮ ਵਰਗ ਜਿਹੜਾ ਹੈਗਾ ਹੋਮ ਲੋਨ ਦੀ ਗੱਲ ਕਰਦਾ ਜਾਂ ਕਾਰ ਲੋਨ ਦੀ ਗੱਲ ਕਰਦਾ ਜਾਂ ਆਪਣੇ ਬੱਚਿਆਂ ਲਈ ਐਜੂਕੇਸ਼ਨ ਲੋਨ ਦੀ ਗੱਲ ਕਰਦਾ, ਉੱਥੇ ਤੁਹਾਨੂੰ ਲੱਗਦਾ ਕਿ ਇੰਟਰਸਟ ਰੇਟ ਵਿੱਚ ਥੋੜ੍ਹੀ ਗਿਰਾਵਟ ਵੇਖਣ ਨੂੰ ਮਿਲੇਗੀ, ਲੋਕਾਂ ਨੂੰ ਸਕੂਨ ਮਿਲੇਗਾ? ਹੁਣ ਦੇਖੋ, ਜਿਹੜਾ ਇੰਟਰਸਟ ਰੇਟ ਹੈ ਨਾ, ਉਹ ਨਿਰਮਲਾ ਸੀਤਾਰਮਨ ਵਿੱਤ ਮੰਤਰੀ ਦੇ ਹੱਥ 'ਚ ਨਹੀਂ ਹੁੰਦਾ, ਉਹ ਗਵਰਨਰ ਰਿਜ਼ਰਵ ਬੈਂਕ ਦੇ ਹੱਥ ਵਿੱਚ ਹੁੰਦਾ ਹੈਗਾ। ਅਤੇ ਮੈਨੂੰ ਇਹ ਲੱਗਦਾ ਹੈਗਾ ਕਿ ਇਸ ਵੇਲੇ, ਅੱਜ ਵੀ ਤੁਸੀਂ ਪੜ੍ਹਿਆ ਹੋਣਾ ਕਿ ਬੈਂਕ ਆਫ ਇੰਗਲੈਂਡ ਨੇ ਆਪਣਾ ਇੰਟਰਸਟ ਨੂੰ ਹਿਲਾਇਆ ਨਹੀਂ, ਉੱਥੇ ਹੀ ਟਿਕਾ ਕੇ ਰੱਖਿਆ ਬ੍ਰੈਕਸਿਟ ਕਰਕੇ। ਅਤੇ ਕੱਲ੍ਹ ਜਿਹੜਾ ਫੈਡਰਲ ਰਿਜ਼ਰਵ ਅਮੈਰੀਕਾ ਦਾ ਸੀ, ਉਹਨੇ ਵੀ ਆਪਣੇ ਇੰਟਰਸਟ ਰੇਟ ਨੂੰ ਟਿਕਾ ਕੇ ਰੱਖਿਆ, ਹਿਲਾਇਆ ਨਹੀਂ ਹੈਗਾ। ਜਦੋਂ ਅਨਸਰਟਨਟੀ ਹੁੰਦੀ ਹੈ, ਸਾਰੀ ਦੁਨੀਆ ਵਿੱਚ ਮੰਦੀ ਫੈਲ ਰਹੀ ਹੁੰਦੀ ਹੈ, ਇੰਟਰਸਟ ਰੇਟ ਨਾਲ ਜ਼ਿਆਦਾ ਖਿਲਵਾੜ ਨਹੀਂ ਕੀਤਾ ਜਾ ਸਕਦਾ ਹੈਗਾ। ਬਾਕੀ ਵੈਸੇ ਮੈਂ ਕਈ ਥਾਵਾਂ 'ਤੇ ਹੋਰ ਇੰਟਰਵਿਊ ਦਿੱਤੀ ਹੈ, ਉੱਥੇ ਵੀ ਮੈਂ ਕਿਹਾ ਹੈਗਾ ਕਿ ਇੰਟਰਸਟ ਰੇਟ ਮੇਰੀ ਰਾਏ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਹੈਗਾ, ਇਹਨੂੰ ਥੱਲੇ ਥੋੜ੍ਹਾ ਜਿਹਾ ਆਉਣਾ ਚਾਹੀਦਾ ਹੈਗਾ। ਪਰ ਦੁਨੀਆ ਦੇ ਅਗਰ ਵੱਡੇ ਵੱਡੇ ਦੇਸ਼ ਜਿਨ੍ਹਾਂ ਨਾਲ ਅਸੀਂ ਆਯਾਤ ਨਿਰਯਾਤ ਕਰਦੇ ਹੈਗੇ ਹਾਂ, ਉਹ ਆਪਣੇ ਇੰਟਰਸਟ ਰੇਟ ਨੂੰ ਛੇੜ ਨਹੀਂ ਰਹੇ ਹੈਗੇ, ਅਤੇ ਸਾਨੂੰ ਵੀ ਵਿਚਾਰਨਾ ਪੈਣਾ ਕਿ ਸਾਡੀ ਆਪਣੀ ਜਿਹੜੀ ਇਨਫਲੇਸ਼ਨ ਰੇਟ ਹੈਗੀ ਹੈ ਥੋੜ੍ਹੀ ਜਿਹੀ ਉੱਚੀ ਹੋਈ ਹੋਈ ਹੈ, ਅਤੇ ਉਹ ਵੀ ਦੇਸ਼ ਆਪਣੇ ਇੰਟਰਸਟ ਰੇਟ ਨੂੰ ਨਹੀਂ ਛੇੜ ਰਹੇ।
ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਬਲ ਨੇ ਕੇਂਦਰੀ ਬਜਟ ਤੋਂ ਐਨ ਪਹਿਲਾਂ ਕੇਂਦਰ ਸਰਕਾਰ ਤੋਂ ਅਹਿਮ ਮੰਗਾਂ ਕੀਤੀਆਂ ਨੇ। ਆਗੂ ਮਲਕੀਤ ਸਿੰਘ ਬਲ ਨੇ ਕਿਹਾ ਕਿ ਟਰਾਂਸਪੋਰਟ ਸੈਕਟਰ ਤੋਂ TDS 194 ਸੀ, ਇਸ ਦੇ ਤਹਿਤ ਮਾਲ ਭਾੜੇ ਵਿੱਚ 2% TDS ਕਟੌਤੀ ਨੂੰ ਖਤਮ ਕਰਨਾ ਚਾਹੀਦਾ। ਇਸ ਤੋਂ ਇਲਾਵਾ ਉਹਨਾਂ ਮੰਗ ਕੀਤੀ ਕਿ ਥਰਡ ਪਾਰਟੀ ਇੰਸ਼ੋਰੈਂਸ ਪ੍ਰੀਮੀਅਮ ਅਤੇ GST ਦੀ ਛੋਟ ਹੋਣੀ ਚਾਹੀਦੀ ਹੈ। ਉਹਨੇ ਵੀ ਕਿਹਾ ਕਿ ਆਮ ਆਦਮੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਨੂੰਨ ਖਤਮ ਕਰ ਦੇਣੇ ਚਾਹੀਦੇ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਨਸ਼ਾ ਵਿਸ਼ਵ ਵਿਆਪੀ ਸਮੱਸਿਆ ਹੈ ਅਤੇ ਇਹ ਇੱਕ ਸਖ਼ਤ ਲੜਾਈ ਹੈ ਜਿਸ ਨੂੰ ਉਹਨਾਂ ਦੀ ਸਰਕਾਰ ਪੂਰੀਆਂ ਕੋਸ਼ਿਸ਼ਾਂ ਨਾਲ ਲੜ ਰਹੀ ਹੈ। ਪੰਜਾਬ ਸਰਕਾਰ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਨਸ਼ਾ ਲੀਡਰਾਂ ਦੀ ਸੂਚੀ ਸੌਂਪੀ ਗਈ ਸੀ, ਜਿਸ ਉਪਰੰਤ ਕੁਝ ਸਕਾਰਾਤਮਕ ਬਦਲਾਅ ਵੀ ਆਏ ਸਨ ਅਤੇ ਕੈਨੇਡੀਅਨ ਅਧਿਕਾਰੀਆਂ ਵੱਲੋਂ ਤਸਕਰਾਂ ਦੇ ਖਿਲਾਫ਼ ਕਾਰਵਾਈ ਵੀ ਕੀਤੀ ਗਈ ਸੀ। ਪੰਜਾਬ ਵਿੱਚ ਹਾਲੀਆ ਸਮੇਂ ਦੌਰਾਨ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਲਈ ਡਰੋਨਾਂ ਦੀ ਵਰਤੋਂ ਨੂੰ ਸਵੀਕਾਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੂਬੇ ਲਈ ਗੰਭੀਰ ਮਸਲਾ ਹੈ ਅਤੇ ਪੰਜਾਬ ਸਰਕਾਰ ਨੇ ਕੇਂਦਰ ਤੋਂ ਇਸ ਸਮੱਸਿਆ ਨਾਲ ਨਜਿੱਠਣ ਦੇ ਲਈ ਡਰੋਨ ਰੋਕੂ ਉਪਕਰਨ ਮੰਗੇ ਨੇ। ਆਈ ਹੈਵ ਟੇਕਨ ਦਿਸ ਅਪ। ਇਹ ਜਦ ਪਹਿਲਾ ਡਰੋਨ ਸਾਡੇ ਕੋਲ ਆਇਆ ਸੀ, ਦੇਖੋ ਡਰੋਨ ਰਾਤ ਨੂੰ ਭੇਜਦੇ ਨੇ, ਦੇ ਆਰ ਵੈਰੀ ਸਾਇਲੈਂਟ, ਦੇ ਕਮ ਦੇ ਡੂ ਦੈ, ਇਹ ਐ ਨਹੀਂ ਕਿ ਉਹ ਲੈਂਡ ਕਰਦੇ ਨੇ, ਇਹ ਉੱਪਰੋਂ ਉਹ ਬਾਏ ਰੱਸੀ ਆਪਣਾ ਪੇਲੋਡ ਛੱਡ ਕੇ ਦੇ ਦੈਨ ਫਲਾਈ ਆਫ ਅਗੇਨ। ਸੋ ਇੱਕ ਦੋ ਅਸੀਂ ਫੜੇ ਸੀ and they have been sent there and four we have recovered initially when we took this matter up. Now we have recovered four, but initially we had recovered one intact and one was broken, and that had been sent for investigation as to kitho hai, Chinese made drones ne. Now government of India has taken this issue up and we are trying to get anti drone devices to deal with them. What is this? ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਦੇ ਵੱਲੋਂ ਪੰਜਾਬ ਦੀ ਨੌਜਵਾਨੀ ਨੂੰ ਸਮਰਪਿਤ ਦੋ ਰੋਜ਼ਾ ਪੰਜਾਬ ਰਾਜ ਯੁਵਕ ਮੇਲੇ ਦਾ ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਵਿਖੇ ਸ਼ਾਨਦਾਰ ਆਗਾਜ਼ ਹੋਇਆ। ਇਸ ਮੌਕੇ ਤੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ 18,000 ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ। ਉਦਘਾਟਨੀ ਸਮਾਗਮ ਦੌਰਾਨ ਖੇਡ, ਯੁਵਕ ਸੇਵਾਵਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਤੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਈ ਸੂਬੇ ਦੇ ਨੌਜਵਾਨਾਂ ਨੇ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੇਸ਼ ਦੀ ਪ੍ਰਫੁੱਲਤਾ ਅਤੇ ਸਾਖ ਰੱਖਣ ਦੇ ਲਈ ਵੱਡਾ ਯੋਗਦਾਨ ਪਾਇਆ ਹੈ। ਇਸ ਅੱਜ ਮੈਨੂੰ ਬੜਾ ਮਾਣ ਹੈ ਕਿ ਅਸੀਂ 18,000 ਬੱਚੇ ਰੂਰਲ ਪੰਜਾਬ ਦੇ ਵਿੱਚੋਂ, ਜਿੱਥੇ ਸ਼ਹਿਰਾਂ ਤੋਂ ਤਾਂ ਆਉਣਾ ਹੀ ਆਉਣਾ, ਲੇਕਿਨ ਅਸੀਂ ਪਿੰਡਾਂ ਦੇ ਵਿੱਚੋਂ ਉਹ ਬੱਚਿਆਂ ਨੂੰ ਅਸੀਂ ਇੱਥੇ ਲੈ ਕੇ ਆਏ ਹਾਂ। ਦਿਸ ਇਜ਼ ਏ ਗੁੱਡ ਪਲੇਟਫਾਰਮ ਫੋਰ ਦੈਮ ਟੂ ਗੈਟ ਐਕਸਪੋਜ਼ਰ ਟੂ ਸੀ ਵਾਟ ਇਜ਼ ਹੈਪਨਿੰਗ ਇਨ ਦੀ ਅਦਰ ਸਾਈਡ ਆਫ ਦੀ ਵਰਲਡ। ਸਾਡੇ ਲੋਕ ਬਾਹਰ ਜਾਂਦੇ ਨੇ, ਉੱਥੇ ਵੀ ਮਜ਼ਾ ਮਾਰਦੇ ਨੇ। ਜੇ ਸਾਡੇ ਬੱਚੇ ਇੱਥੇ ਪੜ੍ਹਦੇ ਨੇ, ਉਹਨਾਂ ਨੇ ਵੀ ਮੱਲਾਂ ਮਾਰੀਆਂ ਨੇ। ਐਂਡ ਵੀ ਵੁੱਡ ਆਲਵੇਜ਼ ਲਾਈਕ ਟੂ ਅਵਾਰਡ ਅਵਰ ਯੂਥ ਚਾਹੇ ਕਿਸੇ ਵੀ ਫੀਲਡ 'ਚ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਏ। ਉਹਨਾਂ ਕਿਹਾ ਕਿ ਨਗਰ ਕੌਂਸਲ ਰੂਪਨਗਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੈ, ਇਸੇ ਤਹਿਤ ਹੀ ਕਾਂਗਰਸ ਸਰਕਾਰ ਦੇ ਵੱਲੋਂ ਨਗਰ ਕੌਂਸਲ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਪੈਸਾ ਨਹੀਂ ਦਿੱਤਾ ਜਾ ਰਿਹਾ। ਉਹਨੇ ਵੀ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਵੀ ਭੱਜ ਰਹੀ ਹੈ। ਸ਼ਹਿਰ ਦੀ ਸਾਡੀ ਸਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ, ਸਾਰੇ ਸਾਡੇ ਕੌਂਸਲਰ ਸਾਹਿਬਾਨ ਅਤੇ ਸੀਨੀਅਰ ਲੀਡਰ ਅੱਜ ਇਸ ਗੱਲ ਨੂੰ ਲੈ ਕੇ ਅਸੀਂ ਇਕੱਠੇ ਹੋਏ ਹਾਂ ਕਿ ਸਰਕਾਰ ਵੱਲੋਂ ਵਿਤਕਰਾ ਕਰਕੇ ਜਾਣ ਬੁੱਝ ਕੇ ਰੋਪੜ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਦਾ ਕੰਮ ਜਿਹੜਾ ਉਹ ਰੋਕਿਆ ਗਿਆ। ਕੇਂਦਰ ਸਰਕਾਰ ਦੇ ਵਿੱਤ ਕਮਿਸ਼ਨ ਦਾ 3.5 ਕਰੋੜ ਰੁਪਈਆ ਅੱਜ ਦੀ ਡੇਟ 'ਚ ਕਮੇਟੀ ਕੋਲ ਪੈਂਡਿੰਗ ਹੈ। ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਵਾਰ ਵਾਰ ਚਿੱਠੀਆਂ ਪਾਉਂਦਿਆਂ ਨੂੰ, ਜਾਣ ਬੁੱਝ ਕੇ ਜਿਹੜੀ ਪਰਮਿਸ਼ਨ ਹੈ ਉਹ ਪੰਜਾਬ ਸਰਕਾਰ ਵੱਲੋਂ, ਕਾਂਗਰਸ ਸਰਕਾਰ ਵੱਲੋਂ ਰੋਕੀ ਜਾ ਰਹੀ ਹੈ ਵੀ ਕਿਉਂਕਿ ਆਪੋਜੀਸ਼ਨ ਦੀ ਕਮੇਟੀ ਹੈ, ਇਹ ਆਪਣਾ ਕੰਮ ਜਿਹੜਾ ਉਹ ਨਾ ਕਰ ਸਕੇ। ਇਸ ਲਈ ਸਾਰੇ ਸ਼ਹਿਰ ਦੇ ਡਿਵੈਲਪਮੈਂਟ 'ਤੇ ਕੰਮ ਪੈਂਡਿੰਗ ਹੈ। ਜਿਹੜੇ ਸਰਕਾਰ ਕੋਲੋਂ ਪੈਸੇ ਲੈਣੇ ਆ, ਚਾਹੇ ਉਹ GST ਦਾ 1 ਕਰੋੜ ਆ, ਉਹ ਵੀ ਉਹਨਾਂ ਕੋਲ ਪੈਂਡਿੰਗ ਹੈ। ਐਕਸਾਈਜ਼ ਦਾ ਜਿਹੜਾ 1 ਕਰੋੜ ਆ ਉਹ ਵੀ ਪੈਂਡਿੰਗ ਹੈ। 50 ਲੱਖ ਰੁਪਈਏ ਜਿਹੜੀ ਨਕਸ਼ਾ ਫੀਸ ਹੈ ਉਹ ਵੀ ਪੈਂਡਿੰਗ ਹੈ, ਉਹ ਵੀ ਕਮੇਟੀ ਨੂੰ ਨਹੀਂ ਆ ਰਹੀ। ਜਿਹੜਾ ਸੀਨੀਅਰ ਸਿਟੀਜ਼ਨ ਹੋਮ ਸੀ 35 ਲੱਖ ਦਾ, ਉਹ ਵੀ ਸਰਕਾਰ ਨੇ ਪ੍ਰੋਜੈਕਟ ਵਾਪਸ ਲੈ ਲਿਆ।
ਇਸ ਲਈ ਸ਼ਹਿਰ ਵਾਸੀ ਬਹੁਤ ਦੁਖੀ ਆ। ਆਟਾ ਦਾਲ ਅਪ੍ਰੈਲ ਮਹੀਨੇ ਦਾ ਲੋਕਾਂ ਨੂੰ ਮਿਲਿਆ, ਹੁਣ ਅਕਤੂਬਰ 'ਚ ਡਿਊ ਸੀ, ਚਾਰ ਮਹੀਨੇ ਉੱਤੇ ਹੋ ਗਏ, ਗਰੀਬਾਂ ਨੂੰ ਆਟਾ ਦਾਲ ਤੱਕ ਜਾਣਾ। ਉੱਗੇ ਸਾਹਿਤਕਾਰ ਪਦਮ ਸ਼੍ਰੀ ਡਾਕਟਰ ਦਲੀਪ ਕੌਰ ਟਿਵਾਣਾ ਦੇ ਦੇਹਾਂਤ ਤੋਂ ਬਾਅਦ ਪੂਰੇ ਸਾਹਿਤ ਜਗਤ ਵਿੱਚ ਮਾਹੌਲ ਗਮਗੀਨ ਹੋ ਚੁੱਕਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਉਹਨਾਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਦੇਹਾਂਤ ਦੇ ਨਾਲ ਪੰਜਾਬੀ ਸਾਹਿਤ ਨੂੰ ਵੱਡਾ ਘਾਟਾ ਪਿਆ ਹੈ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ। ਹੁਣ ਤੁਸੀਂ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਵਾ ਗਿਆ। ਧੰਨਵਾਦ ਜੀ।